ਦੇਖੋ ਇਸ ਤਰ੍ਹਾਂ ਸੁਣਦੀ ਪੈ ਗਈ ਹੈ ਇੱਕ ਬਹੁਤ ਹੀ ਅਨਫੋਰਚੁਨੇਟ ਮਤਭਾਗੀ ਗੱਲ ਹੋਈ ਹੈ ਕਿ ਕੁਦਰਤੀ ਆਫਤ ਜਿਹੜੀ ਆ ਚੁੱਕੀ ਹੈ ਸਾਰੇ ਖਤਮ ਹੀ ਹੈ ਜੀ ਫਸਲਦਾਰ ਮੇਰੀ ਸਰਕਾਰ ਖੜੇਗੀ ਉਹਦੇ ਮੁੱਦੇ ਦੇ ਹੱਥ ਰੱਖ ਕੇ ਉਹਦੇ ਨਾਲ ਪੂਰਾ ਜੋ ਵੀ ਇਹਦੇ ਵਿੱਚ ਨੁਕਸਾਨ ਹੋਇਆ ਇਸ ਤਰ੍ਹਾਂ ਦੇ ਮਾਪਦੰਡ ਹੈਗੇ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਮਾਪਿਆਂ ਦਾ ਮਤਲਬ ਇਸ ਤੋਂ ਇਲਾਵਾ ਅਸੀਂ ਆਉਣ ਵਾਲੀ ਕਣਕ ਦੇ ਵਿੱਚ ਵੀ ਜਿਹੜੀ ਇਹਨਾਂ ਨੂੰ ਬੀਜ ਦੇਣਾ ਉਹਦੇ ਵਿੱਚ ਵੀ ਸਬਸਿਡੀ ਦੇ ਕੇ ਅਸੀਂ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰ ਲਈ ਅਤੇ ਮੁਆਵਜ਼ੇ ਦੀ ਅਸੀਂ ਅਸੈਸਮੈਂਟ ਕਰਨ ਲਈ ਕਹਿਤਾ ਅਗਲੀ ਗੱਲ ਇਹ ਹੈ ਕਿ ਸਪਰੇਅ ਅਸੀਂ ਇੱਕ ਤਾਂ ਇਹ ਹੈ ਕਿ ਹੁਣ ਇਹਦਾ ਤੁਰੰਤ ਜਿੰਨਾ ਕੁ ਇਲਾਜ ਕਰ ਸਕਦੇ ਕਰਨ ਜਾ ਰਹੇ ਹਾਂ ਸਪਰੇਅ ਅਸੀਂ ਫਰੀ ਆਫ ਕੋਸਟ ਕਿਸੇ ਜ਼ਿਮੀਦਾਰ ਤੋਂ ਸਪਰੇਅ ਦੇ ਪੈਸੇ ਨਹੀਂ ਲੈਣੇ ਤੁਰੰਤ ਭੇਜ ਰਹੇ ਹਾਂ ਅੱਜ 5000 ਹੈਕਟਰ ਦੀ ਆ ਚੁੱਕੀ ਹੈ ਅਤੇ ਜਿੰਨੀ ਵੀ ਫਸਲ ਰਹੀ ਹੈ ਉਹਦੇ ਸਾਰੀ 'ਤੇ ਸਪਰੇਅ ਜਿਵੇਂ ਕਿ ਅਸੀਂ ਸਾਇੰਟਿਸਟ ਬਣਾ ਲਏ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸਰਕਾਰ ਸੰਜੀਦਾ ਸਾਇੰਟਿਸਟ ਬੁਲਾ ਕੇ ਹਰ ਲੈਬ ਦੇ ਵਿੱਚ ਰੱਖੋ ਹਰ ਬਲਾਕ 'ਚ ਲੈਬ ਲਾਓ ਠੀਕ ਹੈ ਕੋਈ ਵੀ ਗਲਤ ਪੈਸਟੀਸਾਈਡ ਜਾਂ ਕਮਜ਼ੋਰ ਪੈਸਟੀਸਾਈਡ ਜਿਹਦੇ ਨਾਲ ਕਿਸਾਨ ਦੀ ਫਸਲ ਦਾ ਨੁਕਸਾਨ ਹੋ ਜੇ ਉਹ ਨਹੀਂ ਆਉਣੀ ਚਾਹੀਦੀ ਠੀਕ ਹੈ ਬਹੁਤ ਧਿਆਨ ਦੇ ਨਾਲ ਬਹੁਤ ਵਧੀਆ ਦਵਾਈਆਂ ਮੰਗਾਓ ਮੈਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਹੈ ਕਿਸੇ ਗੱਲ ਦੀ ਨਹੀਂ ਹੈ ਮੈਨੂੰ ਕਿਸਾਨ ਦੀ ਫਸਲ ਨਹੀਂ ਮਰਨੀ ਚਾਹੀਦੀ ਇਹ ਇਨਸ਼ੋਰ ਹੋਣਾ ਚਾਹੀਦਾ ਠੀਕ ਹੈ ਸਰ ਜੋ ਵੀ